ਹਾਂਜੀ ਬੇਟੇ ਇਸ ਲੈਸਨ ਦੇ ਆਪਣੇ ਬਾਕੀ ਕੁਐਸਚਨ ਹੋ ਗਏ ਸੀ ਤੇ ਆਪਣਾ ਕੁਐਸਚਨ ਖਖਾ ਤੇ ਲਾਸਟ ਕੁਐਸਚਨ ਰਹਿ ਗਿਆ ਸੀ ਖਖਾ ਕੁਐਸਚਨ ਬੇਟੇ ਥੋੜੀ ਬੁੱਕ ਵਿੱਚ ਬੜੇ ਵਧੀਆ ਤਰੀਕੇ ਨਾਲ ਦਿੱਤਾ ਹੋਇਆ ਇਹ ਤੁਸੀਂ ਲਿਖ ਲਿਓ ਜਿਹੜਾ ਲਾਸਟ ਕੁਐਸਚਨ ਹੈ ਇਹ ਮੈਂ ਤੁਹਾਨੂੰ ਸਮਝਾ ਦਿੰਨੀ ਆ ਕਿ ਪੰਜਾਬ ਦੀਆਂ ਲੋਕ ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਜੋ ਬੇਟੇ ਅੱਜ ਕੱਲ ਦਾ ਸਮਾਂ ਹੈ ਅੱਜ ਸਾਰੇ ਇੰਨੇ ਵਿਅਸਤ ਨੇ ਕਿ ਉਹਨਾਂ ਲਈ ਘਰਾਂ ਵਿੱਚ ਰਹਿਣ ਦਾ ਹੀ ਵੇਹਲ ਨਹੀਂ ਤਾਂ ਉਹ ਲੋਕ ਖੇਡਾਂ ਕਿੱਥੋਂ ਖੇਡਣਗੇ ਦੂਜੀ ਗੱਲ ਇਹ ਹੈ ਕਿ ਲੋਕਾਂ ਨੂੰ ਇਹ ਲੋਕ ਖੇਡਾਂ ਆਸਾਨੀ ਨਾਲ ਘਰ ਹੀ ਉਹ ਖੇਡ ਲੈਂਦੇ ਸੀਗੇ ਤੇ ਅੱਜ ਕੱਲ੍ਹ ਲੋਕਾਂ ਦੇ ਸ਼ੌਕ ਥੋੜੇ ਜਿਵੇਂ ਮਹਿੰਗੇ ਹੋ ਗਏ ਨੇ ਉਹ ਕੀ ਕਰਦੇ ਨੇ ਉਹ ਬਾਹਰ ਜਾਂਦੇ ਨੇ ਜਾਂ ਐਂਡੋਰ ਗੇਮਸ ਖੇਡਦੇ ਨੇ ਜਾਂ ਉਹ ਕਿਸੇ ਯੂਥ ਕਲੱਬ ਦੀ ਮੈਂਬਰਸ਼ਿਪ ਲੈਂਦੇ ਨੇ ਠੀਕ ਆ ਪਰ ਜਿਹੜੀਆਂ ਲੋਕ ਖੇਡਾਂ ਸੀਗੀਆਂ ਇਹਨਾਂ ਲਈ ਕੋਈ ਖਰਚਾ ਕਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ ਬੜੇ ਆਰਾਮ ਨਾਲ ਤੁਸੀਂ ਘਰ ਹੀ ਲੋਕ ਖੇਡਾਂ ਖੇਡ ਸਕਦੇ ਸੀਗੇ ਵਿਹਲੇ ਸਮੇਂ ਦਾ ਤੁਸੀਂ ਸਦਭయోగ ਕਰ ਸਕਦੇ ਸੀਗੇ ਤੇ ਇਸ ਦੇ ਨਾਲ ਕੋਈ ਖਰਚਾ ਵੀ ਨਹੀਂ ਸੀ ਹੁੰਦਾ ਜ਼ਿਆਦਾ ਤੇ ਜਿਹੜਾ ਸਰੀਰ ਸੀਗਾ ਉਹ ਵੀ ਤੰਦਰੁਸਤ ਰਹਿੰਦਾ ਸੀ ਇਸ ਦੇ ਲਈ ਜ਼ਰੂਰੀ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਲੋਕ ਖੇਡਾਂ ਨੂੰ ਸਕੂਲ ਪੱਧਰ ਤੇ ਯਾ ਕਾਲਜ ਪੱਧਰ ਤੇ ਯੂਨੀਵਰਸਿਟੀ ਪੱਧਰ ਤੇ ਇਹਨਾਂ ਦੇ ਮੁਕਾਬਲੇ ਕਰਵਾਏ ਜਾਣ ਤਾਂ ਜੋ ਜਿਹੜਾ ਸਾਡਾ ਬਹੁਤ ਹੀ ਅਮੀਰ ਵਿਰਸਾ ਹੈ ਉਹਨੂੰ ਅਸੀਂ ਸੰਭਾਲ ਕੇ ਰੱਖ ਸਕੀਏ ਠੀਕਾ ਬੇਟੇ ਮੈਂ ਤੁਹਾਨੂੰ ਗਾਈਡਲਾਈਨਸ ਦਿਤੀਆਂ ਨੇ ਤੁਸੀਂ ਇਹਦੇ ਰਿਗਾਰਡਿੰਗ ਹੀ ਅਗਰ ਇਹਦੇ ਵਿੱਚ ਹੋਰ ਮੈਟਰ ਵੀ ਬੇਟੇ ਲਿਖਣਾ ਹੈ ਤੁਸੀਂ ਲਿਖ ਸਕਦੇ ਹੋ ਇਹ ਓਪਨ ਐਂਡਡਡ ਕੁਐਸਚਨ ਹੈ ਇਹਦਾ ਕੋਈ ਇਹ ਨਹੀਂ ਕਿ ਤੁਸੀਂ ਕੋਈ ਫਿਕਸ ਜਾਣਕਾਰੀ ਦੇਣੀ ਹੈ ਤੁਹਾਡੇ ਮਾਈਂਡ ਦੇ ਵਿੱਚ ਅਗਰ ਕੋਈ ਹੋਰ ਵੀ رائے ਆ ਜਾਂ ਸਲਾਹ ਆਏ مشورے ਨੇ ਤੁਸੀਂ ਬੇਟਾ ਉਹ ਵੀ ਇਸ ਕੁਐਸਚਨ ਤੇ ਆਨਸਰ ਵਿੱਚ ਦੇ ਸਕਦੇ ਹੋ ਸ਼ੁਕਰੀਆ ਤੁਹਾਨੂੰ